ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਜੀਓ ਤੋਂ ਕਿਸੇ ਹੋਰ ਨੈੱਟਵਰਕ ਤੇ ਕਾਲ ਕਰਨ ਦੇ ਪੈਸੇ ਵਸੂਲਣ ਦਾ ਐਲਾਨ ਕਰ ਦਿੱਤਾ ਹੈ। ਜੀਓ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੀਓ ਗਾਹਕਾਂ ਨੂੰ ਦੂਸਰੀ ਕੰਪਨੀ ਦੇ ਨੈੱਟਵਰਕ ਤੇ ਕਾਲ ਕਰਨ ਦੇ 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਦੇਣੇ ਪੈਣਗੇ, ਪਰ ਜੀਓ ਤੋਂ ਜੀਓ ਦੇ ਨੈੱਟਵਰਕ ਤੇ ਕਾਲ ਕਰਨਾ ਪਹਿਲਾਂ ਦੀ ਤਰ੍ਹਾਂ ਹੀ ਫ੍ਰੀ ਰਹੇਗਾ। ਇਸ ਐਲਾਨ ਤੋਂ ਬਾਅਦ ਜੀਓ ਨੇ ਦੂਸਰੇ ਨੈੱਟਵਰਕ ਤੇ ਕਾਲ ਕਰਨ ਨੂੰ ਲੈ ਕੇ ਨਵੇਂ ਪਲਾਨ ਵੀ ਜਾਰੀ ਕਰ ਦਿੱਤੇ ਨੇ, ਜਿਸ 'ਚ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਪਲਾਨ ਜਾਰੀ ਕੀਤੇ ਗਏ ਨੇ। 10 ਰੁਪਏ 'ਚ ਗਾਹਕਾਂ ਨੂੰ 124 ਮਿੰਟ ਪਲੱਸ 1 ਜੀਬੀ ਡਾਟਾ, 20 ਰੁਪਏ 'ਚ 249 ਮਿੰਟ ਪਲੱਸ 2 ਜੀਬੀ ਡਾਟਾ, 50 ਰੁਪਏ 'ਚ 656 ਮਿੰਟ ਪਲੱਸ 5 ਜੀਬੀ ਡਾਟਾ ਅਤੇ 100 ਰੁਪਏ ਦੇ ਰਿਚਾਰਜ ਵਿੱਚ 1362 ਮਿੰਟ ਅਤੇ 10 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਜੀਓ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ ਇਹ ਰਿਚਾਰਜ ਉਦੋਂ ਤੱਕ ਹੀ ਜਾਰੀ ਰਹੇਗਾ ਜਦੋਂ ਤੱਕ IUC ਦਾ ਚਾਰਜ ਘਟ ਕੇ 0 ਨਹੀਂ ਹੋ ਜਾਂਦਾ। ਦੱਸਦੇ ਕਿ IUC 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਇੰਟਰਕਨੈਕਟ ਚਾਰਜ ਲੈਂਦਾ ਹੈ ਅਤੇ ਇਹ ਚਾਰਜ ਟ੍ਰਾਈ ਵੱਲੋਂ ਫਿਕਸ ਕਰਕੇ ਰੱਖਿਆ ਗਿਆ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।